अभी जस्टम चौक में सराईपाली के लोग भी आए हुए हैं। गोल्डन टेम्पल दरबार साहब का पालकी साहब यहाँ पर लाए हुए हैं। पहुंच चुके हैं यहाँ पे, अभी पटाखा फोड़ते हैं, एक दो बच्चे लोग फोड़ रहे हैं। कहाँ है बम वाला? अभी जस्टम चौक में स्टेज बनाया गया था गतका वालों के लिए, यहाँ पे गतका दिखाया जाएगा। और इधर पूरी संगत आए हुए है, सराईपाली के लोग भी आए हुए हैं, और यहाँ पे बहुत ही मस्त गतका होने वाला है। Thank you.
पिछले साल के नगर कीर्तन में मैं नहीं था, पिछले साल मैं पंजाब में था दरबार साहब में, और इस बार के नगर कीर्तन में यहाँ पे बहुत ही अच्छा पालकी साहब का गोल्डन टेम्पल दरबार साहब का पालकी साहब यहाँ पर लाए हुए हैं। यहाँ पर इस साल दो पालकी साहब निकाले हुए हैं और साथ ही में वो बहुत ही ज्यादा बड़ा है, इसीलिए उसको रोड से ही लेके जा रहे हैं। और मेरे को तो हुए लेट हो गया यहाँ पे नगर कीर्तन में, इसीलिए मैं ज्यादा वीडियो नहीं बना पाया, नहीं तो मैं स्टार्टिंग से बनाने का सोचा था लेकिन नहीं बना पाया। जो बना और ड्रोन शॉट आप लोगों को कैसा लगा कमेंट करके जरूर बताना, ये व्लॉग कैसा लग रहा है कमेंट करके जरूर बताना, क्योंकि मैं बहुत दिन बाद व्लॉग बना रहा हूँ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਕਾਰਾ ਗਿਆਵੇ ਫਤਿਹ ਪਾਵੇ ਜੀ ਦਸਗਾਂ ਦੇ ਮਨ ਨੂੰ ਭਾਵੇ ਜੈ ਕਾਲ ਗੁਰਪੁਰ ਅਕਾਲ ਤੇਗ ਤੇਗ ਫਤਿਹ ਗੁਰੂ ਖਾਲਸੇ ਕੀ ਹਰ ਮੈਦਾਨ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अभी नगर कीर्तन हो चुका है, अभी पहुंच चुका है पालकी साहब, यहाँ गुरुद्वारा सिंह सभा सराई पाली में पहुंच चुका है पालकी साहब। ਬਹੁਤ ਖਾਲਸਾ ਗੱਤਕਾ ਗਰੁੱਪ ਗੜ੍ਹ ਸੈਂਟਰ ਮਾਹਲਪੁਰ ਪੰਜਾਬ ਅੱਜ ਦੀ ਸੇਵਾ ਵਿੱਚ ਹਾਜ਼ਰ ਹੋਇਆ ਹੈ ਸਰਦਾਰ ਕਮਲਜੀਤ ਸਿੰਘ ਜੀ ਵੀ ਇਹਦੇ ਨਾਲ ਅਤੇ ਬਾਕੀ ਸਿੰਘਾਂ ਦੇ ਨਾਲ, ਅਤੇ ਫੌਜ ਖਾਲਸਾ ਗੱਤਕਾ ਗਰੁੱਪ ਵੱਲੋਂ ਬਹੁਤ ਹੀ ਚੰਗੀ ਪੱਧਰ 'ਤੇ ਗੱਤਕੇ ਦੇ ਜ਼ੋਰ ਪਕਾਏ ਜਾਂਦੇ ਹਨ, ਜਿਵੇਂ ਸ਼ਾਸਤਰ ਵਿੱਦਿਆ ਦੇ ਜ਼ੋਰ ਚੰਗੇ ਚੰਗੀ ਪੱਧਰ 'ਤੇ ਦਿਖਾਏ ਜਾਂਦੇ ਹਨ, ਅਤੇ ਨਾਲ ਦੀ ਨਾਲ ਸਟੰਟ ਵੀ ਦਿਖਾਏ ਜਾਂਦੇ ਹਨ ਜਿਵੇਂ ਕਿ ਮੋਟਰ ਸਾਈਕਲ ਬਾਈਕ ਬੁਲਟ ਬਾਹਰ ਦੇ ਨਾਲ ਰੋਕਣੇ, ਅਤੇ ਆਪਣੇ ਅੱਖਾਂ 'ਤੇ ਨਾਲ ਪਾ ਕੇ ਨਾਰੀਅਲ ਭੰਨਣੇ, ਅਤੇ ਹੋਰ ਵੀ ਬਹੁਤ ਚੰਗੀ ਪੱਧਰ 'ਤੇ ਕਤਰ ਬਣਾਏ ਜਾਂਦੇ ਹਨ, ਅਤੇ ਸ਼ਾਸਤਰ ਵਿੱਦਿਆ ਦੇ ਜ਼ੋਰ ਪਕਾਏ ਜਾਂਦੇ ਹਨ, ਅਤੇ ਭਾਰਤ ਦੇ ਕੋਨੇ ਕੋਨੇ ਵਿੱਚ ਅਤੇ ਭਾਰਤ ਤੋਂ ਬਾਹਰ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਗੱਤਕੇ ਦੇ ਪ੍ਰਚਾਰ ਵਾਸਤੇ ਜਾਈਦਾ ਆ। ਬਹੁਤ ਮਨ ਦੀ ਕਿਰਪਾ ਆ, ਅਤੇ ਅਸੀਂ ਅੱਜ ਸਰਾਈ ਪਾਲੀ ਵਿਖੇ ਆਪਣਾ ਤੀਜਾ ਚੌਥਾ ਪ੍ਰੋਗਰਾਮ ਲਗਾ ਕੇ ਹਟੇ ਹਾਂ ਜੀ, ਅਤੇ ਪਿੱਛੇ ਰਾਏਪੁਰ ਪਹਿਲਾ ਪ੍ਰੋਗਰਾਮ ਸੀਗਾ, ਅਤੇ ਮਾਸਮੁੰਡ ਦੂਜਾ ਪ੍ਰੋਗਰਾਮ 'ਤੇ ਪਥੋਰੇ ਸੀ, ਅਤੇ ਅੱਠ ਪ੍ਰੋਗਰਾਮਾਂ ਦੀ ਲਗਾਤਾਰ ਸੇਵਾ ਕਰਕੇ ਫਿਰ ਅਸੀਂ ਪੰਜਾਬ ਵਾਪਸ ਜਾਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਤੇ ਫੌਜ ਖਾਲਸਾ ਗੱਤਕਾ ਗਰੁੱਪ ਵੱਲੋਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀਆਂ ਸਾਰੀਆਂ ਨਾਨਕ ਨਾਮ ਲੇਵਾ ਸੰਗਤਾਂ ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ। ਮਾੜਾ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ।